9 مارچ ਨੂੰ ਭਾਰਤ ਦੇ ਹਰਿਆਣਾ ਸੂਬੇ ਦੇ ਸਿਰਸੇ ਤੋਂ ਇੱਕ ਮਿਸਾਈਲ ਦਾਗੀ ਗਈ ਜਿਹੜੀ ਕਿ ਜਾ ਕੇ ਮੀਆਂ ਚੁੰਨੂ ਜਿਹੜਾ ਉਸ ਪਾਕਿਸਤਾਨ ਦੇ ਵਿੱਚ ਜਾ ਕੇ ਡਿੱਗੀ ਇੱਥੇ ਜਾ ਕੇ ਮੀਆਂ ਚੁੰਨੂ ਚ ਡਿੱਗੀ ਉਸ ਤੋਂ ਪਹਿਲਾਂ ਪਾਕਿਸਤਾਨੀ ਸਕਾਈ ਚ ਉਹਨਾਂ ਨੇ ਮੈਕ ਤਿੰਨ ਜਿਹੜੀ ਉਹਦੀ ਗਤੀ ਆਲਮੋਸਟ 1200 ਮੀਟਰ 40000 ਫੁੱਟ ਦੀ ਉਚਾਈ ਤੇ ਤੋਂ ਇਹ ਗਈ ਹੈ ਔਰ 124 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ। ਮਿਆਂ ਚੰਨੂ ਸਰਸੇ ਤੋਂ 124 ਕਿਲੋਮੀਟਰ ਹੈ 40000 ਫੁੱਟ ਦੇ ਉੱਤੇ ਮਿਸਾਈਲ ਜਾਂਦੀ ਹੈ। ਹੁਣ ਉਸ ਪੀਰੀਅਡ ਦੇ ਵਿੱਚ ਕੋਈ ਵੀ ਜਹਾਜ਼ ਇਧਰ ਲਾ ਉਧਰ ਨਾ ਉਸ ਵੱਜਦੀ ਤੇ ਤਬਾਹੀ। ਰੂਟੀਨ ਸਾਮ ਸੰਭਾਲ ਦੇ ਦੌਰਾਨ ਇੱਕ ਤਕਨੀਕੀ ਗੜਬੜੀ ਕਾਰਨ ਇੱਕ ਮਿਜ਼ਾਈਲ ਦਾਗੀ ਗਈ ਔਰ ਅਸੀਂ ਇਸ ਨੂੰ ਸੀਰੀਅਸਲੀ ਲੈਂਦੇ ਆਂ ਔਰ ਅਸੀਂ ਇਸ ਦੇ ਉੱਤੇ ਇੱਕ ਹਾਈ ਪਾਵਰਡ ਇਨਵੈਸਟੀਗੇਸ਼ਨ ਆਰਡਰ ਕੀਤੀ ਹੈ ਇਹ ਜਿਹੜਾ ਵਾਕਿਆ ਮਿਸਾਈਲ اٹੈਕ ਦੇ ਥੱਲੇ ਰਸ਼ੀਅਨ ਮੇਡ ਮਿਸਾਈਲ ਔਰ ਉਸ ਪੀਰੀਅਡ ਜਦੋਂ ਕਿ ਆਲਰੇਡੀ ਰਸ਼ੀਆ ਨੇ ਯੂਕਰੇਨ ਦੀ ਜਿਹੜੀ ਹੈ ਸੋਵਰਨਿਟੀ ਵਾਇਓਲੇਟ ਕੀਤੀ ਹੈ ਇਹ ਇਹ ਮੈਸੇਜ ਤਾਂ ਬੜਾ ਸੌਖਾ ਸਮਝ ਆ ਜਾਂਦਾ ਹੈ ਇਹ ਉਹ ਪਾਕਿਸਤਾਨ ਨੂੰ ਸਕੇਅਰ ਕਰ ਰਹੇ ਨੇ ਦੀ ਉਹ ਤਿਆਰੀ ਕਰ ਰਹੇ ਨੇ অলরেডি ਉਹਨਾਂ ਨੇ ਉਸ ਕਿਸਮ ਦਾ ਕੁਝ ਬਣਾਇਆ ਸੀ ਜਿਹੜਾ ਉਹ ਐਕਸੀਡੈਂਟਲ ਫਾਇਰ ਹੋ ਗਿਆ ਵਿਊਰਸ ਵੈਲਕਮ ਬੈਕ ਟੂ ਅਵਰ ਪ੍ਰੋਗਰਾਮਸ ઓ ਵਿਊਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਤੇ ਭਾਰਦੇ ਵਾਲੇ ਨਾ ਕਿ ਪਿਛਲੇ ਦਿਨੀ ਇੱਕ ਭਾਰਤੀ ਮਿਜ਼ਾਈਲ ਪਾਕਿਸਤਾਨ ਦੀ ਹਦੂਦ ਵਿੱਚ ਜਾ ਡਿੱਗੀ ਭਾਰਤ ਵੱਲੋਂ ਕਿਹਾ ਗਿਆ ਕਿ ਇਹ ਇੱਕ ਮਕੈਨੀਕਲ ਗਲਤੀ ਦੀ ਵਜ੍ਹਾ ਕਰਕੇ ਹੋਇਆ ਸੋ ਪਾਕਿਸਤਾਨ ਨੇ ਭਾਰਦੇ ਰਾਜਦੂਤ ਨੂੰ ਸਾਦਕੇ ਪ੍ਰੋਟੈਸਟ ਕੀਤਾ ਪਰ ਇੰਨਾ ਗੰਭੀਰ ਇਹ ਮਾਮਲਾ ਹੈ ਜਿਸ ਨੂੰ پاکستان ਵੱਲੋਂ ਜੁਨਾਈਟਡ ਨੇਸ਼ਨ ਵਿੱਚ ਲਿਜਾਇਆ ਜਾਣਾ ਚਾਹੀਦਾ ਸੀ ਸੋ ਭਾਰਤ ਨੂੰ ਇਸ ਸੰਬੰਧੀ ਸਾਂਝੀ ਇਨਕੁਆਰੀ ਦੀ ਮੰਗ ਕਰਨਾ ਬੇਮਾਨੇ ਹੈ ਸੋ ਪਾਕਿਸਤਾਨ ਨੂੰ ਇਸ ਮਾਮਲੇ ਨੂੰ ਜੁਨਾਈਟਡ ਨੇਸ਼ਨ ਸਕਿਉਰਟੀ ਕੌਂਸਲ ਵਿੱਚ ਲਜਾਉਣ ਵਿੱਚ ਐਨੀ ਝਿਜਕ ਕਿਉਂ ਮਹਿਸੂਸ ਹੋਈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਅਜਿਹੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਰਦਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਇਹ ਕਿਉਂਕਿ ਅਸੀਂ ਫਰਾਈਡੇ ਦਾ ਸ਼ੋਅ ਨਹੀਂ ਕਰ ਸਕੇ ਸੀ ਅਦਰਵਾਈਜ਼ ਇਹ ਸਾਡਾ ਮੇਨ ਡਿਸਕਸ਼ਨ ਦਾ ਟਾਪਿਕ ਹੋਣਾ ਸੀ ਫਰਾਈਡੇ ਦਾ ਪਰ ਫਰਾਈਡੇ ਤੋਂ ਬਾਅਦ ਹੁਣ ਵੀਕਐਂਡ ਵੀ ਗੁਜ਼ਰ ਗਿਆ ਹੈ ਔਰ ਖਬਰ ਤਾਂ ਮੈਂ ਜਿਸ ਦਿਨ ਫਲਾਈ ਕਰ ਰਿਹਾ ਸੀ ਹਿਊਸਟਨ ਲਈ ਇਹ ਫਰਾਈਡੇ ਮੈਨੂੰ ਪਤਾ ਲੱਗ ਗਈ ਸੀ ਔਰ ਮੈਨੂੰ ਲੱਗਿਆ ਕਿ ਵੀ ਇਹ ਤਾਂ ਬਹੁਤ ਸੀਰੀਅਸ ਜਿਹੜੀ ਗੱਲ ਹੈ ਔਰ ਪਾਕਿਸਤਾਨ ਇਹਨੂੰ ਕਿਵੇਂ ਰਿਸਪੌਂਡ ਕਰੇਗਾ ਕਿਉਂਕਿ ਜਿਹੜੇ ਈ ਵਿਊਰਸ ਬਾਕੀ ਨਿਊਜ਼ ਨਾਲ ਨਹੀਂ ਜੁੜੇ ਹੋਏ ਮੈਂ ਇਹ ਦੱਸ ਦਿਆਂ ਕਿ ਇਹ 9 ਮਾਰਚ ਦੀ ਖਬਰ ਹੈ ਕਿ 9 ਮਾਰਚ ਨੂੰ ਭਾਰਤ ਦੇ ਹਰਿਆਣਾ ਸੂਬੇ ਦੇ ਸਿਰਸੇ ਤੋਂ ਇੱਕ ਮਿਸਾਈਲ ਦਾਗੀ ਗਈ ਜਿਹੜੀ ਕਿ ਜਾ ਕੇ ਮੀਆਂ ਚੁੰਨੂ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਜਾ ਕੇ ਡਿੱਗੀ ਔਰ ਇਹ ਹੁਣ ਜਿਹੜੀ ਭਾਰਤ ਦੀ ਇਹ ਸਾਰੀ ਕਾਰਗੁਜ਼ਾਰੀ ਹੈ ਇਹਦੇ ਚੋਰੇ ਰਸ਼ੀਆ ਮੇਡ ਮਿਸਾਈਲ ਸੀ ਔਰ ਜਿਵੇਂ ਪਾਕਿਸਤਾਨ ਦੀ ਹਵਾਈ ਫੌਜ ਨੇ ਕਿਹਾ ਕਿ ਵੀ ਇਹ ਜਿੱਥੇ ਜਾ ਕੇ ਮੀਆਂ ਚੁੰਨੂ ਚ ਡਿੱਗੀ ਉਸ ਤੋਂ ਪਹਿਲਾਂ ਪਾਕਿਸਤਾਨੀ ਸਕਾਈ ਚ ਉਹਨਾਂ ਨੇ ਮੈਕ 3 ਜਿਹੜੀ ਉਹਦੀ ਗਤੀ ਆਲਮੋਸਟ 1200 ਮੀਟਰ 40000 ਫੁੱਟ ਦੀ ਉਚਾਈ ਤੇ ਤੋ ਇਹ ਗਈ ਹੈ ਔਰ 124 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਯਾਨੀ ਵਿਦਨ ਤੁਸੀਂ ਸਰਸੇ ਤੋਂ ਅੰਦਾਜ਼ਾ ਜਾਓ ਮੀਆਂ ਚੁੰਨੂ ਸਰਸੇ ਤੋਂ 124 ਕਿਲੋਮੀਟਰ ਹੈ 40000 ਫੁੱਟ ਦੇ ਉੱਤੇ ਮਿਸਾਈਲ ਜਾਂਦੀ ਹੈ ਜੀ ਹੁਣ ਉਸ ਪੀਰੀਅਡ ਦੇ ਵਿੱਚ ਕੋਈ ਵੀ ਜਹਾਜ਼ ਇਧਰ ਲਾ ਉਧਰ ਲਾ ਉਸ ਚ ਵੱਜਦੀ ਤੇ ਤਬਾਈ ਤਬਾਈ ਜਿੱਥੇ ਜਾ ਕੇ ਇਹ ਮੀਆਂ ਚਨੋ ਚ ਡਿੱਗੀ ਹੈ ਜੇ ਉਹਨਾਂ ਦੀ ਆਬਾਦੀ ਵਾਲੇ ਹਿੱਸੇ ਚ ਡਿੱਗਦੀ ਤੇ ਤਬਾਈ ਹੁਣ ਰਸ਼ੀਆ ਨੇ ਇਹ ਡ ਸੁਪਰਸੋਨਿਕ ਜਿਹੜੀ ਹੈ ਸਾਰੀ ਮਿਸਾਈਲ ਹੈ ਇਸ ਦਾ ਉੱਥੇ ਜਾਣ ਦਾ ਔਰ ਤੁਸੀਂ ਇੰਡੀਆ ਦੀ ਐਕਸਪਲੇਨੇਸ਼ਨ ਦੇਖੋ ਉਹਨਾਂ ਦੀ ਭਾਰਤੀ ਡਿਫੈਂਸ ਮਿਨਿਸਟਰੀ ਨੇ ਕਿਹਾ ਕਿ 9 ਮਾਰਚ ਨੂੰ ਰੂਟੀਨ ਸਾਮ ਸੰਭਾਲ ਦੇ ਦੌਰਾਨ ਇੱਕ ਤਕਨੀਕੀ ਗੜਬੜੀ ਕਾਰਨ ਇੱਕ ਮਿਜ਼ਾਈਲ ਦਾਗੀ ਗਈ ਔਰ ਅਸੀਂ ਇਸ ਨੂੰ ਸੀਰੀਅਸਲੀ ਲੈਂਦੇ ਹਾਂ ਔਰ ਅਸੀਂ ਇਸ ਦੇ ਉੱਤੇ ਇੱਕ ਹਾਈ ਪਾਵਰਡ ਇਨਵੈਸਟੀਗੇਸ਼ਨ ਆਰਡਰ ਕੀਤੀ ਹੈ ਹੁਣ ਇਹ ਕੋਈ ਗੱਠ ਭਟਾਕਾ ਤਾਂ ਹੈ ਨਹੀਂ ਕਿ ਵੀ ਉਹ ਪਿਆ ਹੁੰਦਾ ਹੈ ਤਾਂ ਕਿਸੇ ਨੇ ਹੱਥ ਤੇ ਚੁੱਕ ਕੇ ਜ਼ਮੀਨ ਤੇ ਮਾਰ ਦਿੱਤਾ ਤੇ ਉਹ ਹੋਇਆ ਜੀ ਨਹੀਂ ਨਹੀਂ ਉਹ ਤਾਂ ਉਹਨੇ ਉੱਥੇ ਚੁੱਕ ਲਿਆ ਉਹਦੇ ਤੇ ਰਪੇ ਸੀ ਟੇਬਲ ਤੇ ਰੱਖੇ ਸੀ ਹੁਣ ਜੇ ਤੁਸੀਂ ਇਸ ਲੈਵਲ ਦੀ ਮਿਸਾਈਲ ਫਾਇਰ ਕਰ ਰਹੇ ਹਾਂ ਰਸ਼ੀਅਨ ਮੇਡ ਔਰ ਟਾਈਮਿੰਗ ਜਦੋਂ ਤੁਸੀਂ ਦੇਖੋ ਵੀ ਰਸ਼ੀਆ ਨੇ ਯੂਕਰੇਨ ਤੇ ਹੱਲਾ ਬੋਲਿਆ ਹੋਇਆ ਉਹਦੀ ਸੋਵਰਨਿਟੀ ਵਾਇਓਲੇਟ ਕੀਤੀ ਹੈ ਅੱਛਾ ਇਹੀ ਇੰਡੀਆ ਨੇ ਪੁਲਵਾਮਾ ਦੀ ਆੜ ਦੇ ਵਿੱਚ ਪਾਕਿਸਤਾਨ ਦੀ ਸੋਵਰਨਿਟੀ ਆਲਰੇਡੀ ਵਾਇਓਲੇਟ ਕੀਤੀ ਵਕਰੀ ਗੱਲ ਹੈ ਕਿ ਆਪਣਾ ਉਹਨਾਂ ਨੇ ਨੁਕਸਾਨ ਕਰਵਾਇਆ ਔਰ ਅਭੀ ਨੰਦਨ ਦਾ ਵਾਕਿਆ ਅੱਜ ਵੀ ਫੈਂਟੈਸਟਿਕ ਟੀ ਦੇ ਥੱਲੇ ਜੋਕ ਬਣਿਆ ਹੋਇਆ ਲੇਕਿਨ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਭਾਰਤ ਨੇ ਕੀਤਾ ਭਾਵੇਂ ਉੱਥੇ ਉਹ ਬਾਲਾਕੋਟ ਚ ਇੱਕ ਕਾਂ ਤੇ ਦੋਕ ਦਰਖਤ ਦੇਖ ਕੇ ਆ ਗਏ ਲੇਕਿਨ ਪਾਕਿਸਤਾਨ ਦੀ ਸੋਵਰਨਿਟੀ ਦਾ ਵਾਇਓਲੇਟ ਕੀਤੀ ਹੁਣ ਇਹ ਜਿਹੜਾ ਵਾਕਿਆ ਮਿਸਾਈਲ ਅਟੈਕ ਦੇ ਥੱਲੇ ਰਸ਼ੀਅਨ ਮੇਡ ਮਿਸਾਈਲ ਔਰ ਉਸ ਪੀਰੀਅਡ ਜਦੋਂ ਕਿ ਆਲਰੇਡੀ ਰਸ਼ੀਆ ਨੇ ਯੂਕਰੇਨ ਦੀ ਜਿਹੜੀ ਹੈ ਸੋਵਰਨਿਟੀ ਵਾਇਓਲੇਟ ਕੀਤੀ ਹੈ ਇਹ ਇਹ ਮੈਸੇਜ ਤਾਂ ਬੜਾ ਸੌਖਾ ਸਮਝ ਆ ਜਾਂਦਾ ਹੈ ਕਿ ਵੀ ਕੀ ਉਹ ਪਾਕਿਸਤਾਨ ਨੂੰ ਸਕੇਅਰ ਕਰ ਰਹੇ ਨੇ ਕੀ ਉਹ ਤਿਆਰੀ ਕਰ ਰਹੇ ਨੇ ਆਲਰੇਡੀ ਉਹਨਾਂ ਨੇ ਉਸ ਕਿਸਮ ਦਾ ਕੁਝ ਬਣਾਇਆ ਸੀ ਜਿਹੜਾ ਉਹ ਐਕਸੀਡੈਂਟਲ ਫਾਇਰ ਹੋ ਗਿਆ ਜਾਂ ਉਹ ਦੁਨੀਆ ਨੂੰ ਮੈਸੇਜ ਦੇ ਰਿਆ ਨੇ ਕਿ ਵੀ ਅਸੀਂ ਜੇ ਰਸ਼ੀਆ ਯੂਕਰੇਨ ਨਾਲ ਇਹ ਕਰ ਸਕਦਾ ਹੈ ਤੇ ਵੀ ਕੈਨ ਆਲਸੋ ਡੂ ਇਟ ਹੁਣ ਇਸ ਦੇ ਉੱਤੇ ਜਿਹੜਾ اسلامਾਬਾਦ ਨੇ ਜਾਂ ਪਾਕਿਸਤਾਨ ਨੇ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਚਾਰਜਡ ਅਫੇਅਰ ਨੂੰ ਸਦਕੇ ਉਹਨੂੰ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਅਜੇ ਹੀ ਲਾਪਰਵਾਹੀ ਨਾ ਕਰਿਓ ਅਦਰਵਾਇਜ਼ ਦੇ ਨਤੀਜੇ ਖਤਰਨਾਕ ਨਿਕਲਣਗੇ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ Imran Khan ਸਾਹਿਬ ਨੇ ਇੱਕ ਇਲੈਕਸ਼ਨ ਰੈਲੀ ਨੂੰ ਐਡਰੈਸ ਕਰਦੇ ਆ ਕਿਹਾ ਦੇਖੋ ਅਸੀਂ ਵੀ ਜਵਾਬੀ ਕਾਰਵਾਈ ਕਰ ਸਕਦੇ ਸੀ ਪਰ ਅਸੀਂ ਜਿਹੜਾ ਉਹ ਬੜਾ ਜਿਹੜਾ ਸੰਜਮ ਦਾ ਮੁਜ਼ਾਹਰਾ ਕੀਤਾ ਕਿ ਰੈਸਟ੍ਰੇਨ ਦਿਖਾਇਆ ਅਸੀਂ ਅੱਛਾ ਉਹਨੇ ਰੈਸਟ੍ਰੇਨ ਹੈ ਕਿ ਕੀ ਹੈ ਪਤਾ ਨਹੀਂ ਲੇਕਿਨ ਜਿਹੜੀ ਇਸ ਦੇ ਵਿੱਚ ਇਹ ਪਹਿਲੇ ਦਿਨ ਦਾ ਸੀ ਪਹਿਲਾਂ ਦਾ ਇੱਥੇ ਕਿ ਰੁਕ ਗਏ ਕਿ ਜੀ ਉਹਨੂੰ ਚਾਰਜਡ ਅਫੇਅਰ ਨੂੰ ਸਦਿਆ ਪ੍ਰੋਟੈਸਟ ਦੇਖੋ ਜੀ ਅਸੀਂ ਰੈਸਟ੍ਰੇਨ ਰੱਖਿਆ ਫਿਰ ਉਹਨਾਂ ਨੂੰ ਲੱਗਾ ਵੀ ਇਹ ਤਾਂ ਕੁਝ ਨਹੀਂ ਹੈ ਜੀ ਇੱਥੇ ਸਾਨੂੰ ਕਹਿਣਾ ਚਾਹੀਦਾ ਹੈ ਪਾਕਿਸਤਾਨ ਡਿਮਾਂਡ ਜੁਆਇੰਟ ਪ੍ਰੋਬ ਇਨ ਟੂ ਮਿਸਾਈਲ ਅਟੈਕ ਕਿ ਪਾਕਿਸਤਾਨ ਨੇ ਹੁਣ ਮੰਗ ਕੀਤੀ ਹੈ ਕਿ ਅਸੀਂ ਇਹ ਜਿਹੜਾ ਦੋਨੋਂ ਹੀ ਨਿਊਕਲੀਅਰ ਮੁਲਕ ਨੇ ਔਰ ਇਸ ਚੀਜ਼ ਕਿਸਮ ਦੀ ਜਿਹੜੀ ਹੈ ਮਿਸਾਈਲ ਆ ਕੇ ਪਾਕਿਸਤਾਨ ਚ ਐਂਡ ਹੁੰਦੀ ਹੈ ਥੈਟ ਹੈ ਥੈਟ ਸ਼ੋਜ਼ ਲੂ ਫੋਲਸ ਐਂਡ ਟੈਕਨੀਕਲ ਲੈਪਸਿਸ ਆਫ ਸੀਰੀਅਸ ਨੇਚਰ ਇਨ ਇੰਡੀਅਨ ਹੈਂਡਲਿੰਗ ਆਫ ਸਟ੍ਰੈਟੈਜਿਕ ਵੈਪਨਸ ਜਿਹਦਾ ਮਤਲਬ ਇਹ ਹੈ ਕਿ ਜਿਹੜੇ ਸਟ੍ਰੈਟੈਜਿਕ ਵੈਪਨਸ ਸਟ੍ਰੈਟੈਜਿਕ ਵੈਪਨ ਦੀ ਗੱਲ ਹੁੰਦੀ ਹੈ ਅਸੀਂ ਨਿਊਕਲੀਅਰ ਦੀ ਗੱਲ ਕਰਦੇ ਕਿ ਭਈ ਇੰਡੀਆ ਦੀ ਹੈਂਡਲਿੰਗ ਦੇ ਵਿੱਚ ਲੈਪਸ ਨੇ ਔਰ ਇਹਦੇ ਤੇ ਕਿਉਂ ਹੋਇਆ ਇਹ ਜੁਆਇੰਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਨਾ ਦਾ ਪਾਕਿਸਤਾਨ ਨੇ ਕਿਹਾ ਦਾ ਇੰਡੀਅਨ ਡਿਸੀਜਨ ਟੂ ਹੋਲਡ ਐਨ ਇੰਟਰਨਲ ਕੋਰਟ ਆਫ ਇਨਕੁਆਇਰੀ ਇਜ਼ ਨੋਟ ਸਫੀਸ਼ੀਐਂਟ ਸਿንስ ਦਾ ਮਿਸਹੈਂਡਲਡ ਅਪ ਇਨ ਪਾਕਿਸਤਾਨ ਟੈਰੀਟਰੀ ਪਾਕਿਸਤਾਨ ਡਿਮਾਂਡਸ ਅ ਜੁਆਇੰਟ ਪ੍ਰੋਬ ਟੂ ਐਕੂਰੇਟਲੀ ਐਸਟੈਬਿਸ਼ ਦਾ ਫੈਕਟਸ ਸਰਾਊਂਡਿੰਗ ਦਾ ਇਨਸੀਡੈਂਟ ਫੋਰਨ ਅਫੇਅਰਜ਼ ਦੀ ਮਿਨਿਸਟਰੀ ਨੇ ਕਿਹਾ ਕਿ ਜੀ ਸਾਨੂੰ ਜਿਹੜਾ ਉਹ ਉਸ ਇਨਵੈਸਟੀਗੇਸ਼ਨ ਦਾ ਸਾਂਝੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੁਣ ਪਾਕਿਸਤਾਨ ਨੇ ਸਾਂਝੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਚਾਈਨਾ ਨੇ ਵੀ ਬੈਕ ਕੀਤੀ ਹੈ ਡਿਮਾਂਡ ਚਾਈਨਾ ਬੈਕਸ ਪਾਕਿਸਤਾਨਸ ਕਾਲ ਫॉर ਥੋਰੋ ਇਨਵੈਸਟੀਗੇਸ਼ਨ ਇੰਟੂ ਮਿਸਲ ਇਨਸੀਡੈਂਟ ਬੀਜਿੰਗ ਕਾਲਸ ਅ ਰਿਲੇਵੈਂਟ ਕੰਟਰੀਜ਼ ਟੂ ਹੈਵ ਡਾਇਲੌਗ ਐਂਡ ਕਮਿਊਨੀਕੇਸ਼ਨ ਕਿਉਂਕਿ ਜੇ ਪਾਕਿਸਤਾਨ ਨੇ ਜੁਆਇੰਟ ਇਨਵੈਸਟੀਗੇਸ਼ਨ کیا ਉਹਨਾਂ ਨੇ ਵੀ ਕਿਉਂਕਿ ਚਾਈਨਾ ਸਪੋਰਟ ਕਰਦਾ ਹੈ ਪਾਕਿਸਤਾਨ ਨੂੰ ਪਰ ਮੇਰਾ ਇਸ ਦੇ ਉੱਤੇ ਇਹ ਹੈ ਕਿ ਭਾਈ ਇੱਕ ਪਾਸੇ ਤਾਂ ਆਲਰੇਡੀ ਜਦੋਂ ਬਾਲਾਕੋਟ ਦੇ ਹਵਾਲੇ ਨਾਲ ਜੋ ਖੁਸ਼ ਨੇ ਨੇ ਕੀਤਾ ਵਾਇਲਟ ਕੀਤਾ ਉਦੋਂ ਵੀ ਪਾਕਿਸਤਾਨ ਨੇ ਬੇਸ਼ੱਕ ਜੋ ਜਿਹੜੀ ਜਵਾਬੀ ਕਾਰਵਾਈ ਸੀ ਉਹ ਮੌਕੇ ਤੇ ਕੀਤੀ ਲੇਕਿਨ ਇੰਟਰਨੈਸ਼ਨਲੀ ਇਹ ਜਿੰਨਾ ਵੱਡਾ ਇਸ਼ੂ ਭਾਰਤ ਨੇ ਉਹਦੀ ਸੋਵਰਨਿਟੀ ਵਾਇਓਲੇਟ ਕਰਕੇ ਕੀਤਾ ਸੀ ਉਹਨਾਂ ਨੂੰ ਉਹਨੇ ਉਬਾਰਿਆ ਨਹੀਂ ਉਹ ਇਸੇ ਚਿਰ ਹੈ ਜੀ ਅਭਿਨੰਦਨ ਡਿੱਗ ਪਿਆ ਉਹਨੂੰ ਰੱਖ ਲਿਆ ਜਾਂ ਉਹਨੂੰ ਵਾਪਸ ਕਰਤਾ ਹੁਣ ਵੀ ਇੰਨਾ ਵੱਡਾ ਹਾਦਸਾ ਇਹ ਜਿਹੜਾ ਵਾਪਰ ਸਕਦਾ ਸੀ ਇਹਦੇ باوجود ਇਹ ਕਹਿ ਕੇ ਕਿ ਜੁਆਇੰਟ ਇਨਵੈਸਟੀਗੇਸ਼ਨ ਮੈਂ ਸਮਝਦਾ ਕਿ ਵੀ ਇਹ ਇੱਕ ਸੀਰੀਅਸ ਮੈਟਰ ਹੈ ਜੀ ਔਰ 파ਰਤਾਂ ਪਾਕਿਸਤਾਨ ਜਦੋਂ ਕੁਛ ਵੀ ਨਹੀਂ ਕਰਦਾ ਤੇ ਉਹਨੇ ਹਾਲ ਪਾ ਰਿਆ ਪਾਈ ਹੁੰਦੀ ਹੈ ਹੁਣ ਤੱਕ ਹਾਲਾਂ ਅਨਫੋਰਚੂਨੇਟਲੀ ਪਾਕਿਸਤਾਨ ਦੇ ਉਹ ਇਨਰ ਚ ਫਸੇ ਹੋਏ ਨੇ ਉਹਨਾਂ ਨੇ ਜਿਹੜਾ ਨੋ ਟਰਸਟ ਮੋਸ਼ਨ ਆਪੋਜੀਸ਼ਨ ਵਾਲਿਆਂ ਨੇ ਇਮਰਾਨ ਖਾਨ ਹਕੂਮਤ ਦੇ ਖਿਲਾਫ ਲਿਆਂਦਾ ਹੈ ਉਧਰੋਂ ਉਹਨਾਂ ਦੀ ਜਵਾਬੀ ਬਿਆਨਬਾਜ਼ੀਆਂ ਚੱਲ ਰਹੀਆਂ ਹਨ ਲੇਕਿਨ ਇਹ ਇਨਾ ਸੀਰੀਅਸ ਮੈਟਰ ਇਸ ਨੂੰ UN ਸਕਿਉਰ ਚਾਈਨਾ ਮੈਂਬਰ ਹੈ UN ਸਕਿਉਰਟੀ ਕੌਂਸਲ ਦਾ ਇਸ ਨੂੰ ਇਸ ਦੀ ਜਿਹੜੀ ਹੈ ਕਾਰਵਾਈ ਤਾਂ UN ਸਕਿਉਰਟੀ ਕੌਂਸਲ ਚ ਹੋਣੀ ਚਾਹੀਦੀ ਸੀ ਕਿ ਭਾਈ ਇਸ ਲੈਵਲ ਦੇ ਉੱਤੇ ਹੈ ਔਰ ਜਿਹੜੀ ਇਹ ਸਟ੍ਰੈਟੈਜੀਕ ਵੈਪਨ ਹੈ ਮਿਸਲ ਯੂਜ਼ ਹੋਈ ਹੈ ਪਾਕਿਸਤਾਨ ਦੇ ਦੀ ਟੈਰੀਟਰੀ ਚ ਇਹਨੇ ਸੋ ਕਿਲੋਮੀਟਰ ਆਈ ਹੈ ਔਰ ਯੂਨਾਈਟਿਡ ਨੇਸ਼ਨਜ਼ ਐਟੋਮਿਕ એનર્ਜੀ ਏਜੰਸੀ ਜਿਹੜੀ ਹੈ ਇਸ ਦੀ ਪੜਤਾਲ ਕਰੇ UN ਸਕਿਉਰਟੀ ਕੌਂਸਲ ਇਸ ਆ ਨੋਟਿਸ ਲੈ ਕੇ ਇਨਵੈਸਟੀਗੇਟਿਵ ਟੀਮ ਬਣਾਏ ਕਿ ਭਾਈ ਇਹ ਕੀ ਹੈਗਾ ਔਰ ਇਹ ਇਨਾ ਵੱਡਾ ਹਾਦਸਾ ਹੋ ਸਕਦਾ ਸੀ ਲੇਕਿਨ ਹਾਦਸਾ ਬੇਸ਼ੱਕ ਨਹੀਂ ਹੋਇਆ ਪਰ ਪਾਕਿਸਤਾਨ ਦੀ ਸੋਵਰਨਿਟੀ ਦਾ ਵਾਇਓਲੇਟ ਹੋਇਆ ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਕਈ ਵਾਰੀ ਸਾਡੇ ਹੀ ਵੱਡੇ ਭਰਾ ਨੇ ਹੁਣ ਕੀ ਕਹੀਏ ਕਿ ਇਸ ਲੈਵਲ ਦੇ ਚੈਲੰਜਸ ਦੁਨੀਆ ਰਸ਼ੀਆ ਯੂਕਰੇਨ ਕਲੈਸ਼ ਚੋਂ ਦੇਖ ਰਹੀ ਹੈ ਕਿ ਵੀ ਆਉਣ ਵਾਲੇ ਪੀਰੀਅਡ ਚ ਜਿਹੜੇ ਬੁੱਲਿੰਗ ਕਿਸਮ ਦੇ ਜਾਂ ਇੰਟੀਮੀਡੇਟਿੰਗ ਜਿਸ ਕਿਸਮ ਦੇ ਨੇਚਰ ਵਾਲੇ ਮੁਲਕ ਨੇ ਜਿਵੇਂ ਭਾਰਤ ਹੈ ਆਪਣੇ ਗਵਾਂਡੀਆਂ ਦੇ ਖਿਲਾਫ ਉਹ ਕੀ ਕਰਨਗੇ ਤੇ ਉਹ ਆਪਣੀਆਂ ਗਿਣਤੀਆਂ ਮਿੰਟੀਆਂ ਦਾ ਵਿੱਚ ਪਏ ਹੋਏ ਨੇ ਔਰ ਮੈਨੂੰ ਇਹ ਲੱਗਦਾ ਕਿ ਵੀ ਇਹ ਸਿਰਫ ਇਹਨੂੰ ਇਹ ਮੰਗ ਕਰਕੇ ਇਹ ਵੀ ਹੁਣ ਮੰਗ ਕੀਤੀ ਹੈ ਕਿ ਜੁਆਇੰਟ ਇਨਵੈਸਟੀਗੇਸ਼ਨ ਇਮੀਡੀਏਟਲੀ ਤਾਂ ਚਾਰਜਡ ਅਫੇਅਰਸ ਨੂੰ ਸਦ ਕੇ ਜਿਹੜਾ ਕਿ ਜੀ ਦੇਖੋ ਅਸੀਂ ਰੈਸਟ੍ਰੇਂਟ ਰੱਖਿਆ ਇਹ ਠੀਕ ਨਹੀਂ ਹੈ ਅਗੇਨ ਇੱਕ ਕਮਜ਼ੋਰੀ ਦਾ ਸੂਚਕ ਹੈ ਔਰ ਇਸ ਨੂੰ UN ਸਕਿਉਰਟੀ ਕੌਂਸਲ ਦੇ ਲੈਵਲ ਦੇ ਉੱਤੇ ਬਾਰ ਬਾਰ ਇਸ ਸਵਾਲ ਨੂੰ ਉਠਾਇਆ ਜਾ ਰਿਹਾ ਚਾਹੀਦਾ ਜੀ ਰਾ ਸਾਥਾ ਬਹੁਤ ਬਹੁਤ ਸ਼ੁਕਰੀਆ ਸੋਥਲਿਆਨੇ ਬ੍ਰੇਕ ਈਵਰਜ਼ ਅਤ ਸਨ ਇਤਰਾ ਜੁੜੇ ਰਹਿਣਾ ਮਿਲਦੇ ਆ ਛੋਟੇ ਜੇ ਪੱਪੇ ਤਬਾ